ஹாய் ਪਿੱਛੇ ਆ ਧੁੱਪ ਆ ਇੱਕ ਮਿੰਟ ਰੁਕੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਅਵਰ ਚੈਨਲ ਆਮ ਹੈਪੀ ਬੁੱਲਰ ਉਮੀਦ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਣਗੇ ਆਪਾਂ ਵਧੀਆ ਹੁਣ ਪਤਾ ਕਿਉਂ ਕਿਉਂਕਿ ਕੰਮ ਤੋਂ ਆਈ ਜਾਂਦੀ ਹਾਂ ਮੈਂ ਅਤੇ ਸ਼ਾਮ ਦੇ 6 ਵਜੇ ਬਹੁਤ ਗੰਦੀ ਧੁੱਪ ਜਿਵੇਂ ਆਪਣੇ ਦੁਪਹਿਰੇ ਹੁੰਦੀ ਹੈ ਨਾ ਉਨੀ ਜ਼ਿਆਦਾ ਧੁੱਪ ਆ ਹਾਏ ਅਤੇ ਸਕਿਨ ਨੂੰ ਸਾੜਨ ਵਾਲੀ ਆ ਚਲੋ ਇਹ ਛੱਡੋ ਗਰਮੀ ਦਾ ਤਾਂ ਸਾਰਿਆਂ ਨੂੰ ਪਤਾ ਲੱਗੀ ਜਾਂਦਾ ਇੰਡੀਆ 'ਚ ਵੀ ਇੰਨੀ ਵਾਧੂ ਗਰਮੀ ਆ ਹੈ ਨਾ ਅਤੇ ਹਾਂ ਮੈਂ ਪਤਾ ਕੀ ਕੀਤਾ ਅੱਗੇ ਹੈਪੀ ਨੂੰ ਮੈਂ ਹਰ ਵਾਰ ਦੱਸ ਦਿੰਦੀ ਹੁੰਦੀ ਹਾਂ ਕਿ ਮੇਰੀ ਬੱਸ ਆਉਣ ਵਾਲੀ ਆ ਅਤੇ ਤੁਸੀਂ ਆ ਜਾਓ ਹੈ ਨਾ ਅੱਗੋਂ ਮਤਲਬ ਕਿ ਹੈਪੀ ਆ ਕੇ ਲੈ ਕੇ ਜਾਂਦੇ ਆ ਮੈਨੂੰ ਬੱਸ ਸਟੋਪ ਅੱਜ ਨਹੀਂ ਮੈਂ ਦੱਸਿਆ ਕਿਉਂਕਿ ਧੁੱਪ ਬੜੀ ਸੀ ਅਤੇ ਹੁਣ ਮੈਂ ਕਿਹਾ ਕਿ 10 ਮਿੰਟਾਂ ਨੂੰ ਮੇਰੀ ਬੱਸ ਆ ਅਤੇ ਮੈਂ ਉਦੋਂ ਚੜ੍ਹਨਾ ਅਤੇ 10 ਮਿੰਟਾਂ ਤੱਕ ਮੈਂ ਘਰ ਪਹੁੰਚ ਜਾਣਾ ਹੁਣ ਮੈਂ ਘਰ ਪਹੁੰਚ ਕੇ ਅਤੇ ਦੱਸੂੰਗੀ ਵੇਖੀ ਗਾਲਾਂ ਕੱਢਦਾ ਅਤੇ ਬਸ ਹੁਣ ਮੈਂ ਘਰ ਪਹੁੰਚਣ ਨਹੀਂ ਹੈਗੀ ਮੈਨੂੰ ਇਹ ਹੀ ਮੈਂ ਵੋਕ ਕਰਦੀ ਨੇ ਟਾਈਮ ਲਾ ਦੇਣਾ ਅਤੇ ਪਹੁੰਚਦੀ ਹਾਂ ਮੈਂ ਜਦੋਂ ਹੀ ਉੱਡੀ ਜਾਂਦੀ ਕਿਉਂਕਿ ਹਵਾ ਜਿੱਧਰਲੀ ਸਾਈਡ ਨੂੰ ਮੈਂ ਜਾਂਦੀ ਉੱਧਰ ਹੀ ਆ ਮੁੜ ਗਈ ਸੀਗੀ ਮੈਨੂੰ ਐਂ ਲੱਗਦਾ ਹੁੰਦਾ ਮੈਂ ਬਸ ਗਈ ਮੇਰੇ ਪੈਰ ਪੁਰ ਟੁੱਟ ਗਿਆ ਗਰਮੀਆਂ 'ਚ ਲੱਗਦਾ ਕਿ ਸਨੋਹ ਹੋਵੇ ਪੂਰਾ ਠੰਡਾ ਹੋਵੇ ਮੌਸਮ ਅਤੇ ਸਨੋਹ 'ਚ ਲੱਗਦਾ ਵੀ ਗਰਮੀ ਹੋਵੇ ਉਹ ਦੇਖੋ ਛੱਪੜ 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 ਉਹ ਲੇਕ ਹੁਣ ਮੈਂ ਪਹੁੰਚਣ ਵਾਲੀ ਹਾਂ ਰੁਕੋ ਮੈਂ ਹੈਪੀ ਨੂੰ ਫੋਨ ਕਰਦਾ ਚਲੋ ਜੀ ਆਪਾਂ ਮੁੜ ਕੇ ਘਰ ਵੱਲ ਨੂੰ ਅਤੇ ਮੈਂ ਹੈਪੀ ਨੂੰ ਆਖਤਾ ਮੈਂ ਕਿਹਾ ਹੈਪੀ ਮੈਨੂੰ ਬੱਸ ਮਿਲ ਗਈ ਬਸ ਵੈਸੇ ਤਾਂ ਇੰਨੀ ਜਲਦੀ ਉਹਨੇ ਪੜਨਾ ਨਹੀਂ ਮੰਨਿਆ ਹੋਣਾ ਹਜੇ ਹੁਣੇ ਫੋਨ ਲਾਇਆ ਸੀ ਅਤੇ ਪਰ ਜੇ ਇਨ ਕੇਸ ਮੰਨ ਲਿਆ ਹੋਇਆ ਤਾਂ ਬਾਹਰ ਆਉਂਦਾ ਹੋਇਆ ਫਿਰ ਭੱਜ ਲਈਏ ਹੈ ਨਾ ਜਲਦੀ ਜਲਦੀ ਓ ਸ਼ਿਟ ਹੈਪੀ ਹਜੇ ਤੱਕ ਹਾਂ ਵੇਖੀ ਡਬੜ ਹਜੇ ਤੱਕ ਨਹੀਂ ਆਇਆ ਹੁਣ ਮੈਂ ਵੇਟ ਕਰੂੰਗੀ ਜਿੰਨਾ ਟਾਈਮ ਹੈਪੀ ਬਾਹਰ ਨਹੀਂ ਨਿਕਲਦੇ ਧੁੱਪੇ ਬਹਾਂਗੇ ਧੁੱਪੇ ਖੜਦੀ ਨਹੀਂ ਸ਼ਾਮੇ ਖੜ ਜਾਂਦੀ ਹਾਂ ਛਤਰੀ ਬੰਦ ਕਰਦੀ ਲੈਟ ਮੀ ਵੇਟ ਕਿ ਮੈਸੇਜ ਕਰਦੀ ਹਾਂ ਇੱਕ ਵਾਰ ਮੈਂ ਹੈਪੀ ਨੂੰ ਫੋਨ ਲਾਇਆ ਮੈਂ ਕਿਹਾ ਹੈਪੀ ਰਹਿੰਦੀ ਹੁਣ ਮੈਂ ਤਾਂ ਪਹੁੰਚਣ ਵਾਲੀ ਕਹਿੰਦਾ ਮੈਂ ਤਾਂ ਤਿਆਰ ਹੋ ਗਿਆ ਪਤਾ ਨਹੀਂ ਕੀ ਮੇਕਅਪ ਕੀਤਾ ਅਤੇ ਕਹਿੰਦਾ ਮੈਂ ਕਿਹਾ ਮੈਂ ਪਹੁੰਚਣ ਵਾਲੀ ਹਾਂ ਕਹਿੰਦਾ ਬਸ ਮੈਂ ਹੋ ਗਿਆ ਤਿਆਰ ਆ ਗਿਆ ਮੈਂ ਵੀ ਮੈਂ ਕਿਹਾ ਅੱਛਾ ਚੱਲ ਠੀਕ ਆ ਮੈਂ ਪਹੁੰਚਣ ਵਾਲੀ ਹਾਂ ਮਤਲਬ ਗ੍ਰਹਿ ਹੀ ਖੁੱਲ੍ਹਣ ਨਹੀਂ ਵਾਲਾ ਮਤਲਬ ਜੋ ਖੁੱਲ੍ਹਾ ਮੈਂ ਉੱਧਰ ਜਾ ਵੜੂੰਗੀ ਨਹੀਂ ਇੱਧਰੋਂ ਤਾਂ ਸ਼ੋ ਹੋ ਜਾਣਾ ਹੈ ਨਾ ਗਰਾਜ ਨਹੀਂ ਖੋਲ੍ਹਦਾ ਹਜੇ ਕਿੱਥੇ ਤਿਆਰ ਹੋ ਗਿਆ ਇਹ ਮਹਾਨ ਸ਼ਖਸੀਅਤ ਜੀ ਆਉਂਦਾ ਹੀ ਨਹੀਂ ਬਿਆ ਕਿੱਡਾ ਭੈੜਾ ਕਹਿੰਦਾ ਮੈਂ ਤਿਆਰ ਯਾਰ ਮੈਂ ਸਹੀ ਕਰ ਅੱਗੇ ਖੜੀ ਹਾਂ ਨਾ ਹਾਂ ਹਾਂ ਉਹ ਭਰਾਵਾ ਭਰਾਵਾ ਨਹੀਂ ਆ ਗਿਆ 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 ਕੀ ਤੁਸੀਂ ਮੇਰੇ ਵੱਲ ਵੇਖ ਕੇ ਮੂੰਹ ਅੱਧ ਲੱਗਿਆ ਤਾਂ ਕੀਤਾ ਸੀ ਤੁਹਾਨੂੰ ਲੱਗਾ ਬਲੇ ਕੌਣ ਛੱਡ ਕੇ ਗਿਆ ਮੈਨੂੰ ਤਿਆਰ ਹੋਣ ਲਈ ਤੁਸੀਂ ਮੈਨੂੰ ਮਿਲਣ ਲਈ ਤਿਆਰ ਹੋਣ ਲਈ ਆ ਗਏ ਸੀ ਉਹ ਕਹਿਣਾ ਨਹੀਂ ਆਇਆ ਤੁਸੀਂ ਮੈਨੂੰ ਲਿਆਉਣ ਲਈ ਤਿਆਰ ਹੋ ਕੇ ਆਏ ਸੀ ਛੱਡ ਕੇ ਗਿਆ ਤੁਰ ਕੇ ਆਇਆ ਵਾ ਧੁੱਪੇ ਮੈਂ ਉਹ ਜਦੋਂ ਮੈਂ ਤੁਹਾਨੂੰ ਕਿਹਾ ਮੈਨੂੰ ਬੱਸ ਮਿਲ ਗਈ ਉਹ ਤਾਂ ਮੈਂ ਹਜੇ ਇੱਥੇ ਆ ਵੀ ਗਿਆ ਸੀ ਦੂਜੇ ਮੋੜ 'ਤੇ ਕਿੱਕਰਾਂ ਵਾਲੀ ਗਲੀ 'ਚ ਮੈਂ ਕਿਹਾ ਤੁਸੀਂ ਵਲੌਗ 'ਚ ਨਹੀਂ ਆਉਣਾ ਫਿਰ ਚੰਗਾ ਭਲਾ ਪਿਆ ਚਲੋ ਆਲੋ ਫੜ ਲਓ ਬਾਏ ਦੇ
ਯਾ ਕਿੱਟ ਚ ਪਾ ਦਾ ਮੱਟੀ ਕੱਲ ਭੁੱਲ ਗਈ चल हम बाहर जावा मैं पता ही तुम आओगे तो सही गैराज तो खोलना ही है तू गार्ड फिर तोड़ ले उन्हें पता नहीं क्यों टूट गया मैं नहीं तोड़ा चंगा हाँ आगे से आप करे इन्हें बैठे रहने दो मैं ना आज एक स्पेशल डिश बना लगी डिश नहीं बड़े बनाई चीज है मैंगो ठीक है ये आप काट लिया मैंगो मैं तो उन्हें बना के दिखाने की दावा ना ना मैं तो सारे से पहले मैं ना मैंगो दे इतने इधर कर क्या भाई ना कर लेना कटिंग कर लेनी है देखी जाओ मैं अमन भी खवादी होंगी सी ये पर पता नहीं वो उतो उतो कहते हैं सच्ची मुची कहते हैं नहीं नहीं बहुत सवाल वो पता एक्चुअली और दसा मैंने कोई भी चीज़ बना होंगी देखी ना उत्थे तो मतलब कोई सब्जी बनानी है कुछ भी है ना बनूंगा तुझे नहीं खाना तो मैं खाऊंगी फिर गाड़ी नहीं होंगे पक्का ना वो पता की कहते हैं कोई भी चीज मैं बना के उन्हें फोन ही है ना कि बनी है ना नो ना भी यार नो एडा सिरा बनाया ए गा परोड़ती होंगी सी मैंने हौली हौली पता लगा हौली हौली मैं दसना शुरू किया कि मैं मेरी कुकिंग कैब जी सी आ तो है गिडक चोर ए मेरी फेवरेट हाँ दिस एंड दिस फर्स्ट ऑफ ऑल आप शक्कर पाना ਚਿੱਕਰ ਉੱਪਰ ਸਪਰੈਡ ਕਰ ਦੇਣੀ ਆ ਇਦਾਂ ਮੇਨ ਰੀਜ਼ਨ ਆ ਮੇਰੀ ਇਹ ਡਿਸ਼ ਬਣਾਉਣ ਦਾ ਡਿਸ਼ ਤਾਂ ਹੈ ਨਹੀਂ ਵੈਸੇ ਪਰ ਫਿਰ ਵੀ ਮੈਂ ਡਿਸ਼ ਹੀ ਕਹੂੰਗੀ ਇਹਨੂੰ ਭਾਈ ਇੰਨਾ ਮਿੰਨੀ ਮਿਹਨਤ ਲੱਗਦੀ ਮੇਰੀ ਹੈ ਨਾ ਮੇਨ ਰੀਜ਼ਨ ਇਹ ਆ ਇੱਦਾਂ ਬਣਾਉਣ ਦਾ ਕਿ ਇੱਥੋਂ ਦੇ ਅੰਬ ਬੜੇ ਖੱਟੇ ਹੁੰਦੇ ਜਿੰਨੇ ਹੁਣ ਤੱਕ ਮੈਂ ਟਰਾਈ ਕੀਤੇ ਆ ਸਾਰੇ ਖੱਟੇ ਹੀ ਨਿਕਲੇ ਆ ਇਸ ਕੇ ਬਾਅਦ ਹਮ ਕਿਆ ਕਰੇਂਗੇ ਰੁਕ ਜਾ ਇਹ इसको और बढ़िया सॉफ्ट आ इस करके एकदम मैं पहला मैं स्पून ना कर दी पर हूँ मैंने पता लग गया तो माड़े जे नाल फस जांदियां टुट जांदियां मीन सो वो चीज आप पहला इहदे उपर पा देनी है हाँ जी नहीं नहीं तोड़िया नहीं हाँ मैं लगता हूँ तोड़ देनी है तेरियां पैरों च भाजी तप्पा शक्कर भी पाई फिर पता नहीं की कुछ गिड़क मैं खाऊं चंगा लून तो बाद हमने दे विच मिर्च पानी ठीक है मिर्च भी बहुत ही लिटिल जी रहन दे तो गिड़क ते तो को पाया भी नहीं गिड़क ते चे तब बोल गया आ वे हाइट कितनी सोटती देखे तेरे मुझ पहले पानी आ गया ना पानी आ गया थे हाँ हाँ ना एक और चीज रहेगी ये हाथ तो गिल्ले हो गए की बना लिया मैं बाद में ओके दे दो बस मिर्चा ना हाथ चाट बैठी थे होने दे की कर दी है सच्ची बहुत ही खा तो okay. पता मैं नुआ तो इतने इतने इतनी सोटते ही मुर्के में तो खाता नहीं आना कुछ भी तुम ही खाएंगी ये सारा वेगी है चंकी चाट मसाला असली मसाले सच सच MDH MDH
ਖੰਡ ਦੀ ਕਰਨੀ। ਖੰਡ ਦੇ ਦਾਣੇ ਜਿਹੜੇ ਆ ਉਹਨਾਂ ਦਾ ਟੇਸਟ ਬੜਾ ਵਧੀਆ ਹੁੰਦਾ ਹੁਣ। ਮੈਂ ਬ੍ਰਾਊਨ ਸ਼ੂਗਰ ਪਾ ਦਿੰਨੀ ਆ, ਸ਼ੱਕਰ ਤਾਂ ਪਾਤੀ ਆ। ਕੀ ਐਵੇਂ ਤੇ ਗੰਦ ਗੁੰਦ ਜਿਹਾ ਪਾਈ ਜਾਂਦੀ ਆ। ਤੁਸੀਂ ਨਾ ਖਾਓ ਫਿਰ, ਠੀਕ ਆ? ਠੀਕ ਆ, ਮੈਂ ਨਹੀਂ ਖਾਂਦਾ। ਲਾ ਲਾ ਨਹੀਂ ਸਿੱਟਣੀ ਆ ਫਿਰ। ਚੰਗਾ। ਮੈਂ ਆਖਿਆ ਪਤਾ ਨਹੀਂ ਕੀ ਇਹਨੇ ਸਭ ਕਰ ਦੇਣਾ। ਉੱਥੇ ਜੋ ਗੰਦ ਬਿੱਲ ਜੋ ਮਸਾਲਾ ਉੱਤੇ ਪਾਈ ਜਾਂਦੀ ਆ। ਮੈਨੂੰ ਐਂ ਕਿਹਾ ਲੱਗਦਾ ਤੇਰਾ ਫਰੰਟ ਕੈਮਰਾ। ਉਹ ਫਰੰਟ ਕੈਮਰੇ ਤੇ ਤਰੇੜਾ। ਲੈ ਤੂੰ ਉਹਨੇ ਵੀ ਵਲੌਗ ਬਣਾਈ ਤਰੀ ਜਾਂਦੀ। ਹਾਂ ਅੱਛਾ, ਮੈਨੂੰ ਯਾਦ ਤਾਂ ਸੀਗਾ, ਫਿਰ ਮੈਨੂੰ ਲੱਗਾ ਹਾਂ ਇਹ ਧੁੱਪ ਕਰਕੇ ਆਏ ਹੋ ਜਾਂਦਾ। ਚੰਗਾ। ਆ ਫੜਿਓ। ਆ ਦੇ ਸਾਰਾ ਟੁੱਟਾ ਪਿਆ ਫਰੰਟ ਕੈਮਰਾ ਇੱਥੋਂ ਆ ਵਿੱਚ ਸਾਰਾ ਭੈੜਾ ਹੁੰਦਾ। ਲੈ ਆ ਫੜਿਓ, ਚਲ ਕੋਈ ਨਹੀਂ। ਪਹਿਲਾਂ ਤਾਂ ਸੌਰੀ ਜੋ ਕਿ ਤੁਹਾਨੂੰ ਟੁੱਟੇ ਜੇ ਕੈਮਰੇ ਦੇ ਵਿੱਚ ਫੇਸ ਕਰਨਾ ਪਿਆ ਸਾਰਾ ਕੁਝ। ਕਿਤੇ ਪਰ ਅੱਜ ਤੁਹਾਨੂੰ ਤੁਹਾਡਾ ਫੋਨ ਵੀ ਕੋਲ ਆਇਆ ਫਿਰ। ਠੀਕ ਆ, ਅਜੇ ਨੂੰ ਥੋੜੇ ਦਿਨ ਹੋ ਗਏ ਮੈਂ ਗਾਰਡ ਨਵਾਂ ਪਾ ਕੇ ਦਿੱਤਾ, ਇਹਨੇ ਉਹ ਵੀ ਤੋੜ ਲਿਆ। ਪਰ ਮੈਂ ਨਹੀਂ ਤੋੜਿਆ, ਮੈਂ ਸੱਚ ਕਹਿੰਨੀ। ਤੇ ਉਹ ਵਲੌਗ ਬਣਾਈ? ਹਾਂ, ਡਨ ਹੋ ਗਿਆ। ਹਾਂ ਵੀ ਮੈਂ ਤਾਂ ਆਪ ਪਹੁੰਚੀ ਆਂ। ਇਹਨੇ ਕਿਹੋ ਜਿਹਾ ਬਣਾਇਆ ਇਹਨੇ। ਇਹ ਹਾਉ ਤੂੰ, ਮੈਨੂੰ ਪਤਾ ਸਭ ਤੋਂ ਵੱਧ ਬੇਕਾਰ ਵੀ ਇਹੀ ਹੋਣਾ। ਕਿਉਂ? ਸਵਾਦ ਹੋਊਗਾ? ਖਾਓ ਪਹਿਲਾਂ ਤੂੰ ਹੀ ਖਾ, ਫਿਰ ਮੈਨੂੰ ਦੱਸੀ ਆਪਦੇ ਰਿਐਕਸ਼ਨ। ਤੇਰੇ ਰਿਐਕਸ਼ਨ ਵੇਖ ਕੇ ਮੈਨੂੰ ਤਾਂ ਸਵਾਦ ਹੀ ਲੱਗਣਾ। ਸਵਾਦ ਮੇਰਾ ਤਾਂ ਫੇਵਰੇਟ ਆ ਇਹ। ਚੰਗਾ ਨਬੂ, ਸ਼ਾਬਾਸ਼, ਸਵਾਦ ਸੀ। ਨਹੀਂ ਯਾਰ ਸਵਾਦ ਸੀ, ਟਰਾਈ ਕਰ ਸਕਦੇ ਆ ਤੁਸੀਂ ਵੀ। ਹੁਣ ਮੈਂ ਤੁਹਾਨੂੰ ਕਹਿ ਸਕਦਾ, ਪਹਿਲਾਂ ਮੈਨੂੰ ਡਰ ਲੱਗਦਾ ਸੀ ਤੁਹਾਨੂੰ ਕਹਿਣ ਲੱਗਿਆਂ। ਇਹਨਾਂ ਨੂੰ ਤਾਂ ਦੱਸਣਾ ਹੀ ਆਉਂਦਾ ਸੱਚੀ ਇੰਨੇ ਸਵਾਦ। ਇਹਨੂੰ ਤਾਂ ਅਮਨ ਜੇ ਭਲਾ ਝੂਠ ਵਾਲੇ ਦਿੰਦੀ ਸੀਗੀ ਉਹ ਰਿਵਿਊ ਜਿਹਾ, ਪਰ ਉਹ ਸਿਰਾ ਤਾਂ ਲਾਦ ਨਹੀਂ ਕਰਦੀ ਨਹੀਂ ਨਾ ਵੀ ਯਾਰ। ਮੋਸਤ ਬਣਾਇਆ ਹੀ ਕਿੰਨੇ ਹੁੰਦੀ ਆ ਉਹ, ਇੰਨੇ ਸਿਰਾ ਨਾ ਸੱਚੀ ਇੰਨੇ ਸਵਾਦ ਆ। ਮੈਨੂੰ ਤਾਂ ਬਹੁਤ ਸਵਾਦ ਲੱਗਦੇ ਕਿਉਂਕਿ ਮੈਨੂੰ ਇੱਦਾਂ ਦੀਆਂ ਚੀਜ਼ਾਂ ਬੜੀਆਂ ਵਧੀਆ ਲੱਗੀਆਂ। ਖੱਟੀਆਂ ਮਿੱਠੀਆਂ ਮਿਰਚਾਂ ਹੀ ਵਾਲੀਆਂ ਇਵੇਂ ਦੇ ਸਿਸਟਮ ਜਿਹੀ ਕਰ ਸਕਦੇ ਆ ਤੁਸੀਂ ਵੀ ਟਰਾਈ। ਬਹੁਤ ਸਵਾਦ ਲੱਗਦਾ ਸੱਚੀ ਮੱਚੀ। ਜਿਹੜੀਆਂ ਕੁੜੀਆਂ ਨੇ ਚੰਦ ਸਿਤਾਰੇ ਵਗੈਰਾ ਇੱਦਾਂ ਦੀਆਂ ਚੀਜ਼ਾਂ ਵਧੀਆ ਲੱਗੀਆਂ, ਉਹ ਦੇ ਗੋ ਨਾ ਲਵ ਦੈਟ ਲਵ ਦਿਸ। ਚੰਗਾ ਰਾਈਟ, ਉਹ ਪਰ ਇਹ ਤਾਂ ਨਹੀਂ ਹੋਊਗਾ ਕਿ ਤੁਹਾਡਾ ਕੋਈ ਹੋਰ ਪਲਾਨ ਹੋਊਗਾ? ਨਹੀਂ ਨਹੀਂ ਦੀ, ਆਪਣਾ ਬਸ ਆਪਣੇ ਪਲਾਨ ਸਾਰੇ ਹੁਣ ਖਤਮ ਹੋ ਗਏ, ਸਾਰਾ ਕੁਝ ਡਨ, ਆਪਣਾ ਪਲਾਨ ਸਕਸੈਸਫੁਲ, ਹੈਪੀ ਆ ਗਿਆ ਬਸ ਆਪਣਾ ਹੁਣ ਘਰੇ ਹੀ ਚੰਦਾ ਚੰਦ ਦੇ ਵਾਲੀ ਛੱਡ ਕੇ ਸੱਤ ਹੋਇਆ ਬਾਹਰ ਨਿਕਲੇ। ਓਡਾ ਦਾ ਮੂੰਹ ਨਹੀਂ ਜਿੱਡੇ ਲੇਜ਼ ਲਿਫਾਵੇ ਚੁੱਕ ਲੈਂਦੀ ਰੋਜ਼ ਦੇ ਖਾਣ ਨੂੰ ਨਾਲ। ਤੁਸੀਂ ਇੱਕ ਵੀ ਹੁਣ ਲਿਆ ਨਾ ਵਿੱਚੋਂ ਮਿਟ ਲਓ। ਚੰਗਾ ਸਟਾਪ ਸਾਈਨ ਖੜ ਜਾ ਇੱਥੇ। ਜਿੱਥੇ ਆ ਸਾਈਨ ਹੁੰਦਾ ਨਾ ਗੱਡੀ ਦਾ ਆਪਾਂ ਜਾਂਦੇ ਹਾਂ, ਤਿੰਨ ਕੁ ਸੈਕਿੰਡ ਦੀ ਗੱਡੀ ਇੱਥੇ ਖਿਲਾਰ ਲੈਂਦੀ ਆਸਾ ਪਾਸਾ ਵੇਖ ਕੇ, ਇੱਥੋਂ ਗੱਡੀ ਫਿਰ ਤੋਰਨੀ ਹੁੰਦੀ ਆ ਕਿ ਕੁਛ ਆਉਂਦਾ ਤਾਂ ਨਹੀਂ ਪਿਆ। 7:30 ਹੋ ਗਏ ਆ ਤੇ ਦੁਪਹਿਰ ਐਵੇਂ ਜਿਵੇਂ ਇੰਡੀਆ 'ਚ 2 ਵਜੇ ਹੁੰਦੇ 12:00। ਕਰ ਲਿਆ ਨਾ ਤਾਂ ਹੀ ਸਾਰੀਆਂ ਇਨਸਟਰਕਸ਼ਨਾਂ ਦਿੰਦਾ ਪਿਆ। ਦੱਸ ਦੇਣਾ ਚਾਹੀਦਾ ਕੁਛ ਕੰਮ ਦਾ, ਦਿਸ ਦੇ ਚੱਲ ਪਰਲੀ ਸਾਈਡ। ਮੇਰਾ ਲਫਾਫਾ ਮੇਰੇ ਰੱਖਿਆ ਕਰਦਾ ਸ਼ਾਮ। ਇਹ ਕੀ ਆ? ਨਹੀਂ ਨਹੀਂ ਰੱਖ ਲਾ ਰੱਖ ਲਾ। ਨਵੀ ਥਾਂ ਤੇ ਚਲੇ ਉਦੋਂ 30 ਮਿੰਟ ਦੀ ਵਲੌਗ ਆ। 30 ਮਿੰਟ ਤੋਂ ਬਾਅਦ ਕਰਕੇ ਆ ਗਏ। ਪਰ ਸਕੂਨ ਵਾਲੀ ਜਗ੍ਹਾ ਬਹੁਤ ਆ। ਇੱਥੇ ਐਂ ਠੰਡੀ ਠੰਡੀ ਹਵਾ ਆਉਂਦੀ ਆ। ਨਹੀਂ ਕਿਧਰ ਪਹਿਲਾਂ ਵੀ ਹੋ ਗਈ ਪਾਣੀ ਗੰਦਾ ਕਿਵੇਂ ਹੋ ਗਿਆ ਇਹਨਾਂ ਯਾਰ? ਕੀ ਆ ਗਿਆ ਕੀ ਕੀਤਾ? ਉਧਰ ਵੀ ਐਵੇਂ ਆ ਚਲੋ ਉਧਰ ਹੀ ਆ ਗਿਆ ਧੁੱਪ ਇੱਧਰ
ਬ੍ਰਿਜ ਦੇ ਹੇਠਾਂ ਸੀਗੇ ਕਿਉਂਕਿ ਅੱਗੇ ਸਾਈਡ ਜੀ ਤੇ ਲੱਗਾ ਹੋਇਆ ਕਿ ਇੱਦਾਂ ਦਾ ਕੁਛ ਹਾਂ ਵੀ ਪੰਛੀਆਂ ਤਾਂ ਚਾਰੀਆਂ ਫੈਲਦੀਆਂ ਹੀ ਆ ਘਰ ਹੀ ਗੰਦਾ ਕਰਤਾ ਇਹਨਾਂ ਦਾ ਯਾਰ ਇਹ ਤਾਂ ਕਲੀਨ ਨਹੀਂ ਕਰਦੇ ਹੋਣਗੇ ਕਰਦੇ ਹੋਣਗੇ ਸ਼ਾਇਦ ਪੁੱਛ ਕੇ ਮੈਂ ਨਹੀਂ ਮੈਂ ਗੱਲ ਕਰਦੀ ਹਾਂ ਕੋ ਚਲੋ ਜੀ ਇੱਥੇ ਆਪਾਂ ਕਰਦੇ ਹਾਂ ਐਂਡ ਵੈਸੇ ਅੱਜ ਦਾ ਵਲੌਗ ਤਾਂ ਕਾਹਦਾ ਸੀ ਇਹ ਤਾਂ ਐਵੇਂ ਇੰਨੇ ਚਿਟਕਲਾ ਸੀ ਮੈਨੂੰ ਉਹ ਜਾ ਕੇ ਹੈਪੀ ਮੈਂ ਆ ਗਈ ਬਸ ਇੱਥੇ ਆ ਗਈ ਉੱਥੇ ਆ ਗਈ ਅਤੇ ਘਰੀ ਖੜ ਖੜੀ ਕਰਦੇ ਬਾਹਰ ਅਤੇ ਕੁਛ ਨਹੀਂ ਅੱਜ ਦਾ ਵਲੌਗ ਐਵੇਂ ਹੀ ਟੁੱਟਾ ਪਿੱਲਾ ਜਿਹਾ ਅਤੇ ਚਲੋ ਠੀਕ ਹੈ ਅਤੇ ਨਾਲ ਹੀ ਆਪਾਂ ਕਰਦੇ ਹਾਂ ਮੈਂਗੋ ਜ਼ਰੂਰ ਬਣਾ ਕੇ ਟਰਾਈ ਕਰਿਓ ਠੀਕ ਹੈ ਦੱਸਿਓ ਕਿਹੋ ਜਿਹੀ ਬਣੀ ਸਵਾਦ ਬਣਿਆ ਬਹੁਤ ਸਵਾਦ ਬਣੂਗੇ ਅਤੇ ਚਲੋ ਕਰਦੇ ਹਾਂ ਅੱਜ ਦੇ ਵਲੌਗ ਦਾ ਐਂਡ ਅਤੇ ਮਿਲਦੇ ਆਪਾਂ ਕਿਸੇ ਨਵੇਂ ਵਲੌਗ ਦੇ ਵਿੱਚ ਟਾਟਾ ਬਾਏ ਬਾਏ ਅਤੇ ਚੈਨਲ ਸਬਸਕ੍ਰਾਈਬ ਵੀ ਕਰ ਲਓ ਜਿਹਨੇ ਜਿਹਨੇ ਨਹੀਂ ਕੀਤਾ ਅਤੇ ਬਾਕੀ ਇੰਸਟਾਗ੍ਰਾਮ ਵਗੈਰਾ 'ਤੇ ਵੀ ਫੋਲੋ ਕਰ ਲਿਓ ਅਤੇ ਅੱਜ ਲੱਗਦੇ ਨੇ ਵੈਲਕਮ ਵਗੈਰਾ ਤਾਂ ਕੀਤਾ ਨਹੀਂ ਸਿੱਧਾ ਸਟਾਰਟ ਕਰਤਾ ਸੀ ਚੱਲ ਕੋਈ ਨਹੀਂ ਵੈਲਕਮ ਹੀ ਵੈਲਕਮ ਆ ਟਾਟਾ।